ਗੈਂਗਸਟਰਾਂ ਦੇ ਭੁਲੇਖੇ ਦੇ ਵਿੱਚ ਪੁਲਿਸ ਨੇ ਥਾਰ ਉੱਤੇ ਚਲਾਤੀਆਂ ਗੋਲੀਆਂ। ਪਰ ਥਾਰ ਦੇ ਵਿੱਚ ਨਿਕਲਿਆ 18 ਸਾਲ ਦਾ ਮੁੰਡਾ ਅਤੇ 16 ਸਾਲ ਦੀ ਕੁੜੀ। ਤੁਹਾਨੂੰ ਦੱਸ ਦੇ ਕਿ ਬੀਤੀ ਰਾਤ ਫਗਵਾੜਾ ਮਿਲੀ ਬਾਈਪਾਸ ਦੇ ਕੋਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਕਾਲੇ ਰੰਗ ਦੀ ਥਾਰ ਜੋ ਕਿ ਫਲਾਈਓਵਰ 'ਤੇ ਕਿੰਨੇ ਚਿਰ ਤੋਂ ਖੜੀ ਹੈ, ਉਸਦੇ ਸ਼ੀਸ਼ੇ ਵੀ ਕਾਲੇ ਨੇ ਅਤੇ ਗੱਡੀ 'ਤੇ ਨੰਬਰ ਪਲੇਟ ਵੀ ਨਹੀਂ ਹੈ। ਅਤੇ ਪੁਲਿਸ ਨੂੰ ਲੱਗਾ ਸ਼ਾਇਦ ਕੋਈ ਗੈਂਗਸਟਰਾਂ ਦੀ ਗੱਡੀ ਹੋਵੇ। ਅਤੇ ਜਦੋਂ ਮੌਕੇ 'ਤੇ ਪੁਲਿਸ ਪਹੁੰਚੀ ਤਾਂ ਗੱਡੀ ਨੂੰ ਲੌਕ ਲੱਗੇ ਹੋਏ ਸੀ ਅਤੇ ਗੱਡੀ ਦੇ ਕਾਲੇ ਸ਼ੀਸ਼ੇ ਹੋਣ ਕਰਕੇ ਪਤਾ ਨਹੀਂ ਲੱਗ ਰਿਹਾ ਸੀ ਕਿ ਗੱਡੀ ਦੇ ਵਿੱਚ ਕੋਈ ਬੈਠਾ ਹੈਗਾ ਜਾਂ ਨਹੀਂ। ਪਰ ਥਾਰ ਦੇ ਵਿੱਚ ਬੈਠੇ ਨੌਜਵਾਨ ਨੇ ਦੇਖਿਆ ਕਿ ਜਦੋਂ ਉਸਦੀ ਗੱਡੀ ਨੂੰ ਪੁਲਿਸ ਨੇ ਘੇਰਾ ਪਾ ਲਿਆ ਤਾਂ ਉੱਥੋਂ ਗੱਡੀ ਭਜਾ ਕੇ ਇੱਕਦਮ ਲੈ ਗਿਆ। ਤਾਂ ਪੁਲਿਸ ਨੇ ਵੀ ਫਿਰ ਗੱਡੀ ਲਗਾ ਕੇ ਉਸ ਥਾਰ ਦਾ ਪਿੱਛਾ ਕੀਤਾ ਤਾਂ ਟਾਇਰ ਦੇ ਵਿੱਚ ਫਾਇਰ ਮਾਰ ਕੇ ਥਾਰ ਨੂੰ ਪੈਂਚਰ ਕਰ ਦਿੱਤਾ। ਤਾਂ ਜਦੋਂ ਥਾਰ ਦੀ ਤਲਾਸ਼ੀ ਲਈ ਤਾਂ ਵਿੱਚੋਂ 18 ਸਾਲ ਦਾ ਮੁੰਡਾ ਅਤੇ 16 ਸਾਲ ਦੀ ਨਾਬਾਲਗ ਲੜਕੀ ਨਿਕਲੀ ਹੈ, ਜਿਨ੍ਹਾਂ ਨੂੰ ਪੁਲਿਸ ਨੇ ਥਾਰ ਸਮੇਤ ਹੁਣ ਬਰਾਮ ਥਾਣੇ ਲੈ ਗਏ ਨੇ ਅਤੇ ਉਹਨਾਂ 'ਤੇ ਕਾਨੂੰਨੀ ਕਾਰਵਾਈ ਕਰ ਰਹੇ ਨੇ। ਅੱਜ ਸ਼ਾਮ ਤਕਰੀਬਨ 5:30 ਵਜੇ ਮੈਂ ਸਮੇਤ ਪੁਲਿਸ ਪਾਰਟੀ ਮੇਲੀ ਨਾਕੇ 'ਤੇ ਜਦੋਂ ਮੌਜੂਦ ਸੀਗੇ ਤਾਂ ਇੱਕ ਇਨਫੋਰਮੇਸ਼ਨ ਮਿਲੀ ਕਿ ਇੱਕ ਕਾਲੇ ਰੰਗ ਦੀ ਥਾਰ ਮੇਲੀ ਬ੍ਰਿਜ 'ਤੇ ਸ਼ੱਕੀ ਹਾਲਤ 'ਚ ਖੜੀ ਹੈ, ਜਿਹਨੇ ਆਪਣਾ ਨੰਬਰ ਪਲੇਟ ਜਿਹੜੀ ਉਹ ਵੀ ਕੰਸੀਲ ਕੀਤੀ ਹੋਈ ਹੈ। ਮੈਂ ਪੁਲਿਸ ਪਾਰਟੀ ਨਾਲ ਆਪਣੀ ਗੱਡੀ ਲੈ ਕੇ ਅਤੇ ਜਦੋਂ ਉਹਦੇ ਹਾਈਵੇ 'ਤੇ ਜਾ ਕੇ ਉਹ ਚੈੱਕ ਦੇਖਿਆ ਤਾਂ ਇੱਕ ਗੱਡੀ ਜਿਹੜੀ ਖੱਬੇ ਪਾਸੇ ਪਾਰਕ ਕੀਤੀ ਹੋਈ ਸੀ ਹਾਈਵੇ ਦੇ ਉੱਤੇ ਹੀ, ਅਤੇ ਮੈਂ ਉਸਦੇ ਅੱਗੇ ਆਪਣੀ ਗੱਡੀ ਖੜਾਈ ਅਤੇ ਅਸੀਂ ਉੱਤਰ ਕੇ 3 ਪੁਲਿਸ ਮੁਲਾਜ਼ਮ ਨੂੰ ਲੋਕ ਕੀਤਾ ਉਹਦਾ ਡੋਰ ਖੋਲ੍ਹਣ ਗਏ ਉਹਨੂੰ ਚੈੱਕ ਕਰਨ ਲਈ ਕਿ ਕੌਣ ਹੈ। ਉਹਦੇ ਸਾਰੇ ਸ਼ੀਸ਼ੇ ਕਾਲੇ ਸੀਗੇ, ਬਾਹਰੋਂ ਕੁਛ ਵੀ ਦਿਖਾਈ ਨਹੀਂ ਸੀ ਦੇ ਰਿਹਾ ਕਿ ਅੰਦਰ ਕੌਣ ਹੈ। ਅਤੇ ਜਦੋਂ ਅਸੀਂ ਨੋਕ ਕੀਤੀ ਗੱਡੀ ਤਾਂ ਉਹਨੇ ਗੱਡੀ ਡਰਾਈਵਰ ਨੇ ਖੋਲ੍ਹਣ ਦੀ ਬਜਾਏ ਆਪਣਾ ਦਰਵਾਜ਼ਾ ਖੋਲ੍ਹਣ ਦੀ ਬਜਾਏ ਗੱਡੀ ਬੜੀ ਤੇਜ਼ੀ ਨਾਲ ਅੱਗੇ ਨੂੰ ਭਜਾ ਲਈ, ਜਿਹਨੇ ਗੱਡੀ ਭਜਾਉਂਦੇ ਭਜਾਉਂਦੇ ਹੋਏ ਨੇ ਮੇਰੀ ਜਿਹੜੀ ਅੱਗੇ ਗੱਡੀ ਖੜੀ ਸੀ ਉਹਨੂੰ ਵੀ ਸਾਈਡ ਵੱਜ ਗਈ। ਅਤੇ ਜਦੋਂ ਉਹਨੇ ਗੱਡੀ ਭਜਾਈ ਤਾਂ ਉਹਦੀ ਜਿਹੜੀ ਗਤੀਵਿਧੀਆਂ ਸਾਨੂੰ ਬਹੁਤ ਜ਼ਿਆਦਾ ਸ਼ੱਕੀ ਲੱਗੀਆਂ, ਜਿਸ 'ਤੇ ਆਪਾਂ ਉਹਨੂੰ ਗੱਡੀ ਨੂੰ ਰੋਕਣ ਲਈ ਇੱਕ ਫਾਇਰ ਉਹਦੇ ਟਾਇਰ 'ਚ ਮਾਰਿਆ ਜਿਹਦੇ ਨਾਲ ਉਹਦਾ ਟਾਇਰ ਪੈਂਚਰ ਹੋ ਗਿਆ। ਪਰ ਉਹਨੇ ਗੱਡੀ ਨਹੀਂ ਰੋਕੀ ਅਤੇ ਉਸ ਤੋਂ ਬਾਵਜੂਦ ਵੀ ਉਹ ਭਜਾਉਂਦਾ ਰਿਹਾ। ਇਸ ਤੋਂ ਬਾਅਦ ਮੇਲੀ ਨਾਕਾ ਜੋ ਸਾਡਾ ਅੱਗੇ ਸੀ, ਮੈਂ ਉੱਥੇ ਪਾਰਟੀ ਨੂੰ ਇਨਫੋਰਮ ਕੀਤਾ ਕਿ ਇਹਨੂੰ ਗੱਡੀ ਰੋਕਿਆ ਜਾਵੇ, ਪਰ ਗੱਡੀ ਨੇ ਮੇਲੀ ਨਾਕੇ 'ਤੇ ਪਹੁੰਚਣ ਤੋਂ ਪਹਿਲਾਂ ਹੀ ਯੂ ਟਰਨ ਮਾਰ ਲਿਆ ਪਿੱਛੇ ਨੂੰ ਜਦੋਂ ਘੁੰਮੀ, ਅਤੇ ਉਸ ਤੋਂ ਬਾਅਦ ਉਹ ਅੱਗੇ ਜਾ ਕੇ ਸਾਡੀ ਜਿਹੜੀ ਚੌਂਕੀ ਨੇੜੇ ਦੀ ਗੱਡੀ ਸੀ ਉਹ ਉਸ 'ਤੇ ਅੱਗੇ ਲੱਗ ਗਈ ਅਤੇ ਉਹ ਦੋਹਾਂ ਗੱਡੀਆਂ ਦੇ ਵਿਚਕਾਰ ਆ ਗਈ। ਉਸ ਤੋਂ ਉਦੋਂ ਵੀ ਉਹਨੇ ਉੱਤਰ ਕੇ ਰੋਕਣ ਦੀ ਬਜਾਏ ਗੱਡੀ ਬੈਕ ਕਰਕੇ ਦੁਬਾਰਾ ਮੇਰੀ ਗੱਡੀ 'ਚ ਜਦੋਂ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਹੇਠਾਂ ਉੱਤਰ ਕੇ ਇੱਕ ਹੋਰ ਫਾਇਰ ਉਹਦੀ ਗੱਡੀ ਦੇ ਟਾਇਰ 'ਚ ਮਾਰਿਆ, ਜਿਸ ਨਾਲ ਗੱਡੀ ਪੈਂਚਰ ਹੋ ਗਈ। ਇਸ ਤੋਂ ਬਾਅਦ ਉਹ ਗੱਡੀ ਦੀ ਮੂਵਮੈਂਟ ਬੰਦ ਹੋ ਗਈ। ਥੋੜ੍ਹੀ ਦੇਰ ਬਾਅਦ ਜਦੋਂ ਮੈਂ ਉਹਨੂੰ ਦੇਖ ਰਿਹਾ ਸੀ ਗੱਡੀ 'ਚ ਕੌਣ ਹੈ, ਬਟ ਉਹਦੇ ਕਾਲੇ ਸ਼ੀਸ਼ੇ ਹੋਣ ਕਰਕੇ ਕੁਛ ਵੀ ਦਿਖਾਈ ਨਹੀਂ ਸੀ ਦੇ ਰਿਹਾ। ਅਤੇ ਜਦੋਂ ਨੇੜੇ ਜਾ ਕੇ ਮੈਂ ਆਪਣੇ ਰੋੜੇ ਨਾਲ ਉਹਦੇ ਦੂਜੀ ਬਾਰੀ ਦਾ ਸ਼ੀਸ਼ਾ ਭੰਨਿਆ ਤਾਂ ਦੇਖਿਆ ਤਾਂ ਇੱਕ ਲੜਕਾ ਅੰਦਰ ਡਰਿਆ ਹੋਇਆ ਬੈਠਿਆ ਸੀ, ਅਤੇ ਮੈਂ ਉਹਨੂੰ ਪੁਲਿਸ ਪਾਰਟੀ ਬੰਦੇ ਨਾਲ ਬਾਹਰ ਕੱਢਿਆ। ਹੁਣ ਚੈੱਕ ਕੀਤਾ ਬਿਲਕੁਲ ਠੀਕ ਸੀ, ਅਤੇ ਇੱਕ ਹੋਰ ਅੰਦਰ ਸੀ ਮਾਈਨਰ ਸੀ, ਦੋ ਮਾਈਨਰ ਉਸ ਗੱਡੀ 'ਚੋਂ ਸਾਨੂੰ ਮਿਲੇ ਜਿਨ੍ਹਾਂ ਦੇ ਕਿ ਤਲਾਸ਼ੀ ਤਲੂਸ਼ੀ ਲਈ ਗੱਡੀ ਦੀ ਚੰਗੀ ਤਰ੍ਹਾਂ, ਅਤੇ ਉਹਨਾਂ ਦੀ ਤਲਾਸ਼ੀ ਲਈ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਅਤੇ ਜਿਸ ਤੋਂ ਬਾਅਦ ਉਹਨਾਂ 'ਤੇ ਜਿਹੜੇ ਉਹਨਾਂ ਨੂੰ ਥਾਣੇ ਲਿਆਇਆ ਗਿਆ ਅਤੇ ਚੰਗੀ ਤਰ੍ਹਾਂ ਵੈਰੀਫਾਈ ਕੀਤਾ ਗਿਆ, ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਇਹਨਾਂ 'ਤੇ ਕੀਤੀ ਗਈ। ਗੱਡੀ ਕਿਹੜੀ ਸੀ? ਗੱਡੀ ਥਾਰ ਸੀ। ਕੀ ਨੰਬਰ ਹੈ ਗੱਡੀ ਦਾ? ਗੱਡੀ ਦਾ ਨੰਬਰ ਇਹ ਕੰਸੀਲ ਕੀਤਾ ਹੋਇਆ ਸੀ, ਕਨਫਰਮ ਕਰ ਰਹੇ ਹਾਂ ਕਿਹੜਾ।